ਮਿੰਟੂ ਜੀ ਕਿਨੇ ਵਿਜੀਲੈਂਸ ਦੇ ਬਲੇਵੇਂ ਹੁਣ ਜਾ ਕੇ ਜਲੰਧਰ ਚਲੇ ਗਏ ਸਿੱਧੇ ਜਾ ਕੇ ਅਜੀਤ ਵਾਲੇ ਦਫਤਰ ਨੂੰ ਪਾ ਲਈ ਉਹਨਾਂ ਨੇ ਬਲੇਵੇਂ ਫਸ ਗਈ ਜਹਾਨ ਸਕੰਜੇ ਅੰਦਰ ਜਿਉਂ ਵੇਲਣ ਵਿੱਚ ਗੰਨਾ ਜੀ ਵਿਜੀਲੈਂਸ ਵਾਲਾ ਕੰਮ ਬੜਾ ਹੁਣ ਕਸੂਤਾ ਆਇਆ ਪਿਆ ਇਹ ਤੇ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਪੰਜਾਬ ਦੀ ਐਨਆਈਏ ਬਣੀ ਪਈ ਆ ਉਹ ਸਤਕਾਰ ਕੌਰ ਹਾਈ ਕੋਰਟ ਚ ਜਾ ਕੇ ਰੇਟ ਲਾ ਕੇ ਕਹਿੰਦੀ ਕਿ ਮੈਨੂੰ ਬਚਾਓ ਇਹਨਾਂ ਤੋਂ अच्छा जी ਮੈਨੂੰ ਬਚਾਓ ਵਿਜੀਲੈਂਸ ਵਾਲੇ ਪਰਚਾ ਦਰਜ ਕਰ ਦੇਣਗੇ ਸਾਡੇ ਤੇ ਦੋਵਾਂ ਜੀਆਂ ਦੇ ਮਗਰ ਲੱਗ ਗਏ ਆ ਨਖਤੇ ਜੀ ਖੈਰ ਦੇਖੋ ਵਿਜੀਲੈਂਸ ਦੀ ਗੱਲ ਹੁਣ ਆਇਆ ਇਸ ਵੇਲੇ ਜਿਨ੍ਹਾਂ ਨੇ ਬਈ ਤੁਹਾਨੂੰ ਪਤਾ ਹੀ ਆ ਜੀ ਅਹੁਦੇਦਾਰੀਆਂ ਮਾਣੀਆਂ ਉਹਨਾਂ ਨੂੰ ਥੋੜਾ ਜਿਆਦਾ ਡਰ ਹੁੰਦਾ ਆਦਰਵਾਇਜ਼ ਵਿਜੀਲੈਂਸ ਦਾ ਦੂਸਰੇ ਨੂੰ ਕਦਾ ਡਰਿਆ ਜੀ ਹੁਣ ਜਿਹੜੀ ਗੱਲ ਆ ਹਮਦਰਦ ਸਾਹਿਬ ਦੀ ਜੀ ਅਫਸੋਸ ਨਾਲ ਕਹੂੰਗਾ ਮੈਂ ਕਿ ਉਸ ਵੇਲੇ ਹਮਦਰਦ ਸਾਹਿਬ ਉਦੋਂ ਹਮਦਰਦ ਨਹੀਂ ਬਣੇ ਜਦੋਂ ਅਕਾਲੀ ਰਾਜ ਦੇ ਵਿੱਚ ਵੀ ਪੱਤਰਕਾਰਾਂ ਤੇ ਥੋੜਾ ਕਲੋ ਬਹੁਤਾ ਕਲੋ ਇਹੋ ਜਿਹਾ ਝਖੜ ਝੁਲਿਆ ਸੀਗਾ ਚੈਨਲ ਬੰਦ ਕੀਤਾ ਗਿਆ ਸੰਧੂ ਸਾਹਿਬ ਦਾ ਮਾਝ ਵਿਧਾਇਕ ਬਣਿਆ ਉਸ ਵੇਲੇ ਕੌਣ ਬੋਲਿਆ ਕੋਈ ਨਹੀਂ ਬੋਲਿਆ ਅਖਬਾਰਾਂ ਚੋਂ ਪੱਤਰਕਾਰ ਭਜਾ ਦਿੱਤੇ ਗਏ ਜਾਂ ਭਜਵਾ ਦਿੱਤੇ ਗਏ ਕੋਈ ਨਹੀਂ ਬੋਲਿਆ ਪਰ ਗੱਲ ਇਹ ਆ ਕਿ ਜੇ ਕੋਈ ਧੱਕੇ ਦੇ ਖਿਲਾਫ ਉਸ ਵੇਲੇ ਨਹੀਂ ਬੋਲਿਆ ਤੇ ਉਹਦੇ ਨਾਲ ਧੱਕਾ ਹੋਵੇ ਤੇ ਫਿਰ ਜਾਣ ਬੁੱਝ ਕੇ ਖاموش ਰਹਿਣਾ ਉਹ ਵੀ ਗਲਤ ਗੱਲ ਆ ਜੀ ਪਰ ਗੱਲ ਇਹ ਹੈ ਕਿ ਜੇ ਤੁਸੀਂ ਮਤਲਬ ਬੇਦੋਸ਼ੀਓਂ ਨਿਰਦੋਸ਼ੋਂ ਤਾਂ ਕਾਹਦਾ ਡਰ ਆ ਕਿਉਂਕਿ ਦੋਸ਼ ਕੁਛ ਨਹੀਂ ਹੈ ਸਿਰਫ ਉਹਨਾਂ ਨੇ ਸੱਦਿਆ ਇਹ ਆਪਾਂ ਨੂੰ ਵੀ ਪਤਾ ਹੈ ਡਰਾਵਾ ਬਲਾਵਾ ਹੋਰ ਕੱਖ ਨਹੀਂ ਹੈ ਮਾਨ ਸਾਹਿਬ ਕਿਉਂਕਿ ਬਹੁਤਾ ਗਾ ਨਹੀਂ ਜਾਣਗੇ ਇਹਨਾਂ ਨੂੰ ਪਤਾ ਹੈ ਹਮਦਰਦ ਸਾਹਿਬ ਤੇ ਕੋਈ ਐਕਸ਼ਨ ਦਾ ਮਤਲਬ ਇਹ ਹੋਏਗਾ ਕਿ ਸਾਡੀ ਸਰਕਾਰ ਦੀ ਮਿੱਟੀ ਪਲੀਤ ਹੋ ਜਾਏਗੀ ਨੈਸ਼ਨਲ ਲੈਵਲ ਤੱਕ ਸਮਝਦੇ ਹੋ ਨਾ ਕਿ ਬਹੁਤ ਪੁਰਾਣਾ ਖਬਾਰਿਆ ਸਮੂਹ ਹੈ ਬਈ ਨੀਤੀਆਂ ਨੂਤੀਆਂ ਆਪ ਦੇ ਥਾਂ ਤੋਂ ਹੁੰਦੀਆਂ ਨੇ ਸਾਰਾ ਕੁਝ ਬਿਲਕੁਲ ਫਿਰ ਉਹ ਪ੍ਰਧਾਨ ਮੰਤਰੀ ਨੂੰ ਮਿਲ ਕੇ ਆਏ ਨੇ ਪਿਛਲੇ ਦਿਨੀ ਤੁਹਾਨੂੰ ਯਾਦ ਹੋਇਆ ਸੋ ਐਸ ਕਰਕੇ ਇਹ ਨਹੀਂ ਲੱਗਦਾ ਕਿ ਬਹੁਤ ਵੱਡਾ ਐਕਸ਼ਨ ਹੋ ਜਾਏਗਾ ਕਿ ਉਹ ਉੱਥੇ ਜਾਣਗੇ 29 ਨੂੰ ਤਾਂ ਉਹਨਾਂ ਨੂੰ ਉੱਥੇ ਬਿਠਾ ਲਿਆ ਜਾਏਗਾ ਜਾਂ ਐਸਾ ਕੁਝ ਨਹੀਂ ਮੈਨੂੰ ਨਹੀਂ ਲੱਗਦਾ ਖੱਟੂ-ਖੱਟਾ ਜਿਵੇਂ ਮੈਂ ਤੁਹਾਨੂੰ ਕੱਲ ਪਟੀਸ਼ਨ ਵਾਲਾ ਮਾਮਲਾ ਕਹਿ ਰਿਹਾ ਸੀਗਾ ਨਾ ਕਿ ਮੈਨੂੰ ਨਹੀਂ ਲੱਗਦਾ ਪਟੀਸ਼ਨ ਪਟੂਸ਼ਨ ਜਿਹੜੀ ਕੁਝ ਕਰੇਗੀ ਉਦੋਂ ਹੀ ਇੱਥੇ ਵੀ ਲੱਗਦਾ ਬਿジネス ਭਾਵੇਂ ਕੁਝ ਨਾ ਕਰੇ ਪਰ ਗੱਲ ਇੱਕ ਅੜੀ ਦੀ ਹੈ ਨਾ ਜਿਹੜੀ ਉਹ ਅੜੀ ਬੁਗ ਰਹੀ ਆ ਬਸ ਮਾਨ ਸਾਹਿਬ ਦੀ ਕਹਿ ਲੋ ਜਾਂ ਕੇਜਰੀਵਾਲ ਸਾਹਿਬ ਦੀ ਕਹਿ ਲੋ ਜਿੱਥੇ ਇਹਨਾਂ ਦੀ ਅੜੀ ਪੈ ਗਈਆਂ ਨਾ ਬਸ ਉੱਥੇ ਤਾਂ ਬਸ ਹੀ ਬਸ ਹੈ ਇਹ ਅੜੀ ਵਾਲਾ ਮਾਮਲਾ ਹੈ ਕਿਉਂ ਕਿਉਂਕਿ ਅਜੀਤ ਸਮੂਹ ਨੇ ਸ਼ੁਰੂ ਤੋਂ ਤੁਹਾਨੂੰ ਪਤਾ ਹੈ ਕਿ ਭਾਈ ਆਪਣਾ ਇਸ ਮਾਮਲੇ 'ਚ ਐਤਕੀ ਰੋਲ ਜਿਹੜਾ ਸੀਗਾ ਜੋ ਨਰੋਲ ਪੱਤਰਕਾਰਤਾ ਵਾਲੰਡੋ ਰੱਖ ਲਿਆ ਪਹਿਲਾਂ ਮੈਂ ਦੱਸ ਹੀ ਦਿੱਤਾ ਤੁਹਾਨੂੰ ਤਾਂ ਇਹ ਕੀ ਹੈ ਕਿ ਹਮਦਰਦ ਸਾਹਿਬ 2011 ਕੇ 12 ਚੋਂ ਸ਼ੁਰੂ ਹੋਈ ਸੀ ਜੰਗ ਆਜ਼ਾਦੀ ਵਾਲੀ ਸਰੀ ਬਣਾਉਣ ਦੀ ਕੋਬਾ ਉਸ ਵੇਲੇ ਇਹਨਾਂ ਨੂੰ ਚੇਅਰਮੈਨ ਬਣਾਇਆ ਗਿਆ ਕਿਉਂਕਿ ਤੁਹਾਨੂੰ ਪਤਾ ਬਾਦਲ ਫੈਮਿਲੀ ਇਹਨਾਂ ਦਾ ਬਹੁਤ ਰਿਗਾਰਡ ਕਰਦੀ। ਖਾਸ ਤੌਰ ਤੇ ਵੱਡੇ ਬਾਦਲ ਸਾਹਿਬ ਬਹੁਤ ਅੱਛੇ ਤਾਲੁਕਤ ਨੇ ਇਹਨਾਂ ਦੇ ਆਪਸ 'ਚ। ਹੁਣ ਤੇ ਸੀਗੇ ਕਹ ਲੋ। ਜੀ। ਤੇ ਬਾਦਲ ਫੈਮਿਲੀ ਦੇ ਨਾਲ ਹੈ। ਅਕਾਲੀਆਂ ਨਾਲ ਹੀ ਹੈ। ਅੱਛਾ ਹੁਣ ਚੱਕਰ ਕੀ ਹੈ ਕਿ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਆਈ ਇਹਨਾਂ ਨੇ ਪੇਸ਼ਕਸ਼ ਵੀ ਕੀਤੀ ਸੀਗੀ ਕਿ ਭਾਈ ਚੇਅਰਮੈਨੀ ਵਗੈਰਾ ਚੜੀਆ ਮੈ ਮੈਨੂੰ ਛੁੱਟੀ ਦਿਓ। ਕਿਉਂਕਿ ਇਹਨਾਂ ਦੇ ਕੋਲ ਬਥੇਰਾ ਕੰਮ ਹੈ ਭਈ ਆਪਣਾ। ਬਹੁਤ ਵੱਡਾ ਕੰਮ ਹੈ ਅਜੀਤ ਕੋਈ ਛੋਟਾ ਦਾਹਰਾ ਨਹੀਂ ਹੈ ਹਾਂਜੀ ਬਾਕੀ ਇਹਨਾਂ ਦੀਆਂ ਆਪਣੀਆਂ ਰੁਚੀਆਂ ਨੇ ਇਹ ਤੁਹਾਨੂੰ ਪਤਾ ਹੈ ਗਜ਼ਲ ਵੀ ਗਾਉਂਦੇ ਨੇ ਹਾਂਜੀ ਬੜੀ ਪਿਆਰੀ ਆਵਾਜ਼ ਹੈ ਇਹਨਾਂ ਦੀ ਜੀ ਜੀ ਬਿਲਕੁਲ ਗਜ਼ਲਾਂ ਦੀਆਂ ਕਾਸਟ ਆਈਆਂ ਦੇਖੋ ਹਰੇਕ ਬੰਦੇ 'ਚ ਜਿਹੜਾ ਹੁਨਰ ਹੁੰਦਾ ਹੈ ਨਾ ਹੁਨਰ ਦੀ ਵੀ ਕਦਰ ਕਰਨੀ ਚਾਹੀਦੀ ਆ ਤੋ ਚਲੋ ਉਦੋਂ ਅਮਰਿੰਦਰ ਸਿੰਘ ਨੇ ਵੀ ਕਿਹਾ ਕਿਉਂਕਿ ਜਿਵੇਂ ਕਿਸੇ ਬੰਦੇ ਦੀ ਹੁੰਦੀ ਹੈ ਰੈਪ੍ਰੋਡਕਸ਼ਨ ਨਹੀਂ ਨਹੀਂ ਜੀ ਹਮਦਰਦ ਹਾਂ ਤੁਸੀਂ ਕੰਟੀਨਿਊ ਕਰੋ ਹੁਣ ਜਦੋਂ ਇਹ ਸਰਕਾਰ ਆ ਗਈ ਇਹਨਾਂ ਨੇ ਕੁਝ ਨਹੀਂ ਆਖਿਆ ਵੇਖਿਆ ਇਹਨਾਂ ਨੇ ਚੱਕ ਕੇ ਤੇ ਵਿਜੀਲੈਂਸ ਖਲਾ ਦਿੱਤੀ ਉੱਥੇ ਜੰਗੇ ਆਜ਼ਾਦੀ ਜਿੱਥੇ ਮਲਕ ਬਣੀ ਹੈ ਇਹ ਉੱਥੇ ਉਹਨਾਂ ਨੂੰ ਜਾ ਕੇ ਸਟਾਫ ਵਾਲਿਆਂ ਨੂੰ ਕਹਿੰਦੇ ਵੀ ਲਿਆਓ ਬਈ ਰਿਕਾਰਡ ਕੋਡ 25 ਕਿੱਲਾਂ ਦਾ ਰਿਕਾਰਡ ਲਿਓ ਮੀ ਜਾਨੀ ਜਿੱਥੋਂ ਜ਼ਮੀਨ ਐਕਵਾਇਰ ਹੁੰਦੀ ਆ ਜਾਂ ਜਿੱਥੇ ਸਾਰੀ ਯਾਦਗਾਰੂ ਸਾਰੀ ਜਾਂਦੀ ਪਹਿਲਾਂ ਤਾਂ ਲੈਂਡ ਦਾ ਰਿਕਾਰਡ ਲਿਓ ਕਰਦੇ ਆਂ ਗੱਲ ਅਗਲੀ ਉਹ ਕਹਿੰਦੇ ਜੀ ਹਜ਼ਾਰਾਂ ਪੰਨਿਆਂ ਦਾ ਲੱਭਣਾ ਪੈਗਾ ਕਹਿੰਦੇ ਲੱਭਣਾ ਤੁਸੀਂ ਲੱਭਣਾ ਜ਼ੋਰ ਅਸੀਂ ਥੋੜੀ ਲੱਭਣਾ ਇਹ ਕੰਮ ਤੁਹਾਡਾ ਹੈ ਫਿਰ ਕੀ ਕੁਝ ਖਰੀਦਿਆ ਕੀ ਕੁਝ ਕਿੱਥੋਂ ਆਇਆ ਸਾਰੀ ਬਿਲਿੰਗ ਲਿਆਓ ਇਹ ਉਸ ਦਿਨ ਹੀ ਤੈਹ ਸੀਗਾ ਕਿ ਇਹ ਮਸਲਾ ਜਿਹੜਾ ਜੰਗੇ ਆਜ਼ਾਦੀ ਯਾਦਗਾਰ ਦਾ ਜੋ ਇਹ ਕਾਰਵਾਈ ਵਾਲਾ ਕੰਮ ਨਜ਼ਰ ਆਉਂਦਾ ਹੈ ਇਹ ਜਾਏਗਾ ਹੀ ਜਾਏਗਾ ਅੱਗੇ ਜੀ ਇਥੋਂ ਤੱਕ ਕਿ ਜਦੋਂ ਉੱਥੋਂ ਦੇ ਸਟਾਫ ਨੇ ਆਖਿਆ ਨਾ ਜੀ ਵਿਜੀਲੈਂਸ ਵਾਲਿਆਂ ਨੂੰ ਕਹਿੰਦੇ ਆ ਬੈਠੋ ਬੈਠੋ ਜੀ ਸਰ ਬੈਠੋ ਕੋਈ ਗੱਲ ਨਹੀਂ ਮਤਲਬ ਕਿ ਜਿੱਥੇ ਹਾਲਜਾ ਬਣਿਆ ਹੁੰਦਾ ਉਹਨਾਂ ਦਾ ਹਾਂਜੀ ਉੱਥੇ ਬੈਠੇ ਵਿਜੀਲੈਂਸ ਵਾਲੇ ਬੜੇ ਤੇਜ਼ ਹੋ ਗਏ ਨੇ ਅੱਜ ਕੱਲ੍ਹ ਆ ਉਹ ਵੇਖ-ਬੋਕ ਕੀ ਕਹਿੰਦੇ ਕੁਰਸੀਆਂ ਬੜੀਆਂ ਮਹਿੰਗੀਆਂ ਐ ਇੱਕ ਦੂਜੇ ਨੂੰ ਕਹਿੰਦਾ ਕਹਿੰਦਾ ਇਹਦੇ ਵੀ ਬਿੱਲ ਮੰਗਾ ਲਓ ਹੁਣ ਚਲੋ ਜੀ ਉਹ ਜਿਹੜੇ ਫਰਚੀ ਫਰਨੀਚਰ ਤੇ ਬੈਠੇ ਉਥੇ ਉਹ ਕਹਿੰਦੇ ਇਹਦੇ ਫੀਚਰ ਵੀ ਦੱਸੋ ਹੁਣ ਸਾਰੇ ਇਹ ਕਿੰਨੇ ਦੇ ਐ ਤੇ ਕਿਸ ਹਿਸਾਬ ਕਿਤਾਬ ਇਹਦੇ ਬਿੱਲ ਵੀ ਲਿਓ ਉਹ ਕਹਿੰਦੇ ਬੜੇ ਗਾਂ ਤੋਂ ਅਗਲੀ ਸਾਤੇ ਜਾਣਾ ਹੈ ਬਸ ਇਹਨੇ ਗਨ ਪਾਣੀ ਪੀਓ ਕਰੇ ਲੈ ਜੋ ਕੋਈ ਨਹੀਂ ਨਾੜੀ ਚੱਲ ਬੜੇ ਕਸੂਤੇ ਪਾਸੀ ਆ ਉਹ ਕਹਿੰਦੇ ਕਿ ਅਸੀਂ ਇਹਨਾਂ ਨੂੰ ਪਾਇਆ ਕੁਰਸੀਆਂ ਵੀ ਕਹਿੰਦੇ ਕਿੱਥੋਂ ਖਰੀਦੀਆਂ ਨੇ ਉਹ ਜਿੱਥੇ ਉਹ ਮਤਲਬ ਕਿ ਕੁਰਸੀਆਂ ਵਾਲੇ ਬਿੱਲ ਮੰਗੀ ਜਾਂਦੇ ਆ ਤਾਂ ਉੱਥੇ ਫਿਰ ਧੰਨਵਾਦ ਆ ਇਹ ਬਲਾਵਾ ਪੈਣਾ ਸੀਗਾ ਜੀ ਇਹ ਤੈਹ ਸੀਗਾ ਸੋ ਹਮਦਰਦ ਸਾਹਿਬ ਨੂੰ ਮੈਨੂੰ ਤਾਂ ਲੱਗਦਾ ਕਿ ਫੇਸ ਕਰਨਾ ਚਾਹੀਦਾ ਪੱਤਰਕਾਰਤਾ ਚੋਂ ਸਤਕਾਰੇ ਜਾਂਦੇ ਆ ਪਦਮ ਵਿਭੂਸ਼ਣ ਮਿਲੇ ਹੋਏ ਨੇ ਵੈਸੇ ਤੇ ਬਹੁਤ ਕੁਝ ਹੈ ਕਹਿਣ ਨੂੰ ਪਰ ਗੱਲ ਇਹ ਹੈ ਕਿ ਹੁਣ ਇਹ ਪੱਤਰਕਾਰਾਂ ਦੀ ਜ਼ਿੰਦਗੀ ਦਾ ਹਿੱਸਾ ਹੈ ਜਦੋਂ ਛੋਟੇ-ਛੋਟੇ ਪੱਤਰਕਾਰ ਲੋਕਾਂ ਤੋਂ ਡਾਂਗਾਂ ਖਾਂਦੇ ਨੇ ਅੱਗੇ ਭੱਜਦੇ ਨੇ ਰਿਪੋਰਟਿੰਗ ਕਰਦੇ ਆ ਮਥੇਰਾ ਕੁਛ ਹੁੰਦਾ ਇਹਨਾਂ ਦੇ ਆਪਣੇ ਪੱਤਰਕਾਰਾਂ ਨਾਲ ਕੀ ਹੋਇਆ RAM ਸਿੰਘ ਬਿਲਿੰਗ ਕੌਣ ਸਨ ਪਤਾ ਹੀ ਨਹੀਂ ਹੁਣਾ ਕਿਸੇ ਨੂੰ ਜਦਕਿ ਉਹ ਇਹਨਾਂ ਦੇ ਪੱਤਰਕਾਰ ਵੀ ਸੀਗੇ ਜੀ ਮਨੁੱਖੀ ਅਧਿਕਾਰਾਂ ਦੇ ਕਰਕੁਨ ਵੀ ਸੀਗੇ ਜੀ ਉਸ ਵੇਲੇ ਜੋ ਉਹਨਾਂ ਦੇ ਨਾਲ ਹੋਈ ਕਿਸ ਨੇ ਬਾਹ ਨਹੀਂ ਫੜੀ ਜੀ ਤੋ ਗੱਲ ਇਹ ਆ ਕਿ ਭਾਈ ਇਹ ਸਾਰਾ ਕੁਸ਼ੈਟ ਜਿਹੜਾ ਖਿੜੇ ਮੱਥੇ ਜਾਓ ਖਿੜੇ ਮੱਥੇ ਤੁਹਾਡੇ ਚ ਕੋਈ ਵਲਫੇਅਰ ਨਹੀਂ ਹੈਗਾ ਜਾ ਕੇ ਖਿੜੇ ਮੱਥੇ ਸਾਹਮਣਾ ਕਰੋ ਜੋ ਪੁੱਛਦੇ ਆ ਦੱਸੋ ਡਰਨਾ ਕਾ ਦਾ ਜੀ ਜਦ ਪਿਆਰ ਕੀਤਾ ਤਾਂ ਡਰਨਾ ਕਿਹਾ ਕੋਈ ਚੱਕਰ ਨਹੀਂ ਆਏਗਾ ਜੀ ਵਲਾਵੇਂ ਤਾਂ ਪਹਿਣਗੇ ਪਹਿਣਗੇ ਜਦੋਂ ਤੁਸੀਂ ਆਪਣੇ ਪੱਤਰਕਾਰਤਾ ਦੇ ਪੇਸ਼ੇ ਚ ਜੁੜੇ ਹੋ ਇੱਥੇ ਆ ਛੋਟੇ ਮੋਟਿਆਂ ਨੂੰ ਖਿੜੇ ਵੱਡੇ ਪਹਿਣ ਰਹੇ ਨੇ ਯਾਦ ਆ ਤੁਹਾਨੂੰ ਐਨਆਈਏ ਨੇ ਨੋਟਸ ਕੱਢੇ ਹੋਏ ਸੀ ਕਿ ਉਸ ਵੇਲੇ ਜਿਹੜੇ ਵਿਚਾਰੇ ਵੈਬ ਚੈਨਲਾਂ 'ਚ ਕੰਮ ਕਰਦੇ ਸੀ ਕਿਸਾਨੀ ਅੰਦੋਲਨ ਵੇਲੇ ਹਾਂਜੀ ਤਾਂ ਉਹਨਾਂ ਨੇ ਵੀ ਬਰਦਾਸ਼ਤ ਕੀਤਾ ਹਜ਼ੂਰ ਤੁਸੀਂ ਤੇ ਬਹੁਤ ਪੱਤਰਕਾਰਤਾ ਦੀਆਂ ਪੌੜੀਆਂ ਚੜ੍ਹ ਕੇ ਬਹੁਤ ਉਚਾਈਆਂ ਛੋਈਆਂ ਨੇ ਬਿਲਕੁਲ ਤੁਹਾਡੇ ਕੋਲ ਸਾਰੇ ਸੂਮੇ ਵੀ ਤੁਸੀਂ ਲੀਗਲੀ ਫਾਈਟ ਵੀ ਕਰ ਸਕਦੇ ਹੋ ਉੱਥੇ ਕਰੋ ਕਰੋ ਬਿਲਕੁਲ ਲੋਕਾਂ ਨੂੰ ਵੀ ਪਤਾ ਲੱਗੇ ਕਿ ਭਾਈ ਕਿਹਦੇ 'ਚ ਹੈ ਜੇ ਤਾਂ ਉਹ ਕਰ ਰਹੇ ਨੇ ਇਸ ਕਰਕੇ ਕਿ ਅਜੀਤ ਨਹੀਂ ਝੁਕਿਆ ਤੇ ਸਾਡੇ ਪਾਲੇ ਚ ਆ ਜਾਵੇ ਜਾਂ ਨਹੀਂ ਆਇਆ ਤੇ ਅਸੀਂ ਇਹਨਾਂ ਨੂੰ ਸਭ ਸਿਖਾਉਣਾ ਫਿਰ ਲੋਕ ਆਪੇ ਤੈਅ ਕਰਨਗੇ ਕਿ ਉਹਨਾਂ ਨੇ ਗਲਤ ਕੀਤਾ ਹੈ ਜੇ ਤੁਸੀਂ ਸਹੀ ਹੋ ਤਾਂ ਲੋਕ ਤੁਹਾਨੂੰ ਕਹਿਣਗੇ ਸਹੀ ਹੈ ਤੇ ਜੇ ਕੁਝ ਹੋਇਆ ਕੁਝ ਲੋਕ ਕਹਿੰਦੇ ਦੇਖੋ ਜੀ ਸ਼ਹੀਦਾਂ ਦਾ ਅਪਮਾਨ ਕਾਹਦਾ ਸ਼ਹੀਦਾਂ ਦਾ ਅਪਮਾਨ ਹੈ ਸ਼ਹੀਦਾਂ ਦਾ ਅਪਮਾਨ ਨਹੀਂ ਸ਼ਹੀਦਾਂ ਦੇ ਨਾਂ ਤੇ ਜੇ ਕੋਈ ਕਰਾਪਸ਼ਨ ਹੁੰਦੀ ਹੈ ਜੇ ਉਹਦੀ ਜਾਂਚ ਪੜਤਾਲ ਨਾ ਕਰਾਈਏ ਨਾ ਫਿਰ ਅਪਮਾਨ ਹੈ ਮੈਂ ਕਹਿੰਦਾ ਕਿ ਸਾਰੀਆਂ ਯਾਦਗਾਰਾਂ ਦੀ ਭਾਵੇਂ ਕਰਵਾਓ ਬਿਲਕੁਲ ਕਿਸੇ ਹੋਰ ਦੀ ਲੱਗਦੀ ਜਦੋਂ ਤਾਂ ਦਾ ਪੈਸਾ ਲੱਗਾ ਇਦਾਂ ਦੀਆਂ ਯਾਦਗਾਰਾਂ ਤੇ ਇਹਦਾ ਮਤਲਬ ਇਹ ਥੋੜੀ ਜਿਹੀ ਰੁਗਾਂ ਦੇ ਰੁਗ ਤੁਸੀਂ ਖਾਈ ਚੱਲੋ ਜੀ ਪਰ ਜੇ ਕਿਸੇ ਨੇ ਖਾਧਿਆ ਹੁਣ ਮੰਨ ਲਓ ਗੱਲ ਇਹ ਆ ਕਿ ਤੁਸੀਂ ਜਦੋਂ ਇਦਾਂ ਹਮਦਰਦ ਸਾਭ ਨੂੰ ਕਰ ਰਹੇ ਹੋ ਤਾਂ ਉਹਦੇ ਵਿੱਚ ਜਿਹੜੀਆਂ ਫਾਊਂਡੇਸ਼ਨ ਦੇ ਵਿੱਚ ਤੁਸੀਂ ਕਮੇਟੀ ਚ ਸ਼ਖਸੀਅਤਾਂ ਦੇਖੋਗੇ ਉਸ ਵੇਲੇ ਤਾਂ ਤਤਕਾਲੀ ਮੁੱਖ ਮੰਤਰੀ ਵੀ ਸੀ ਫਿਰ ਪ੍ਰਕਾਸ਼ ਸਿੰਘ ਬਾਦਲ ਕਿੰਨੇ ਵਜ਼ੀਰ ਸੀਗੇ ਫਿਰ ਉਹਨਾਂ ਨੂੰ ਵੀ ਕਰੋ ਤੇ ਜੇ ਮੰਨ ਲਓ ਚੇਅਰਮੈਨ ਹੁੰਦੇ ਆ ਹਮਦਰਦ ਸਾਹਿਬ ਦਾ ਕੋਈ ਕਸੂਰ ਨਹੀਂ ਹੈ ਤੇ ហេਠਾ ਕੁਝ ਹੋਇਆ ਤਾਂ ਫੇਰ ਤੁਸੀਂ ਉਹਨਾਂ ਨੂੰ ਕਿਸੇ ਗੇੜ ਚ ਪਾਉ ਤੇ ਉਹ ਵੀ ਠੀਕ ਨਹੀਂ ਕਿਉਂਕਿ ਉੱਤੇ ਬੈਠੇ ਜੇ ਤੁਸੀਂ ਜ਼ਿੰਮੇਵਾਰ ਨਹੀਂ ਹੁੰਦੇ ਕਿਸੇ ਗੱਲ ਲਈ ਫਿਰ ਕੋਈ ਚੇਅਰਮੈਨ ਕਿਵੇਂ ਜ਼ਿੰਮੇਵਾਰ ਹੋ ਸਕਦਾ ਜੇ ਹੇਠਲੇ ਪੱਧਰ ਤੇ ਕੋਈ ਗੜਬੜ ਹੋਵੇ ਇਹ ਪੈਮਾਨਾ ਵੀ ਰੱਖਣਾ ਪਏਗਾ ਤੁਹਾਨੂੰ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਵੀ ਜੇ ਹੇਠਲੇ ਪੱਧਰ ਤੇ ਗੜਬੜ ਹੋਈ ਤਾਂ ਬਈ ਹੇਠ ਨੂੰ ਫੜੋ ਜਿੰਨਾ ਚਿਰ ਕੋਈ ਬੰਦਾ ਉਤਲੇ ਪੱਧਰ ਤੋਂ ਸ਼ਾਮਲ ਨਹੀਂ ਹੈ ਉਸ ਸਾਜ਼ਿਸ਼ ਜੀ ਜੀ ਬਿਲਕੁਲ ਬਿਲਕੁਲ ਜੇ ਇੱਕ ਵੀਰ ਕਹਿ ਰਿਹਾ ਕਿ ਹਮਦਰਦ ਸਾਹਿਬ ਬਹੁਤ ਠੰਡੇ ਬੰਦੇ ਹੈ ਜੀ ਕਲਮ ਨਾਲ ਜਵਾਬ ਦੇਣਗੇ ਜੀ ਕਹਿੰਨੇ ਕਿ ਤੇ ਬਿਲਕੁਲ ਹੈ ਕਲਮ ਉਹਨਾਂ ਦੀ ਬਹੁਤ ਕਈ ਵਾਰ ਨਾ ਕਲਮ ਉਹਨਾਂ ਦੀ ਸ਼ਾਂਤ ਕਲਮ ਹੈ ਪਰ ਬਹੁਤ ਡੂੰਗੀ ਤੇ ਤਿੱਖੀ ਵੀ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਸੰਪਾਦਕੀਆਂ ਪੜਨ ਵਾਲੀਆਂ ਹਾਂਜੀ ਹਾਂਜੀ ਬੜੀ ਚੁੱਮ ਮਾਰਦੇ ਕਈ ਵਾਰੀ ਤਾਂ ਹਾਂਜੀ ਮਲੂਕ ਜੀ ਕਰਿਆ ਕਹਿੰਦੇ ਕਿ ਜੀ ਰਾਸਵ ਮੈਂਬਰ ਵੀ ਬਣਾਇਆ ਸੀ ਜੀ ਇਹਨਾਂ ਨੂੰ ਕਹਿੰਦੇ ਥੋੜਾ ਦਿਨ ਰਹਿਣੇ ਉਹ ਆਗੇ ਸਰ ਮਿਲਦਾ ਜੀ ਨਹੀਂ ਲਗਾ ਫੇ ਜੀ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਪਰ ਮੇਰਾ ਇੱਕ ਮੰਨਣਾ ਹੈ ਜੀ ਕਿ ਭਾਈ ਜੇ ਤੁਸੀਂ ਪੱਤਰਕਾਰ ਤਾਂ ਦੇ ਖੇਤਰ ਚੋਂ ਤਾਂ ਫੇਰ ਜੇ ਜਾਣਾ ਤਾਂ ਛੱਡ ਕੇ ਜਾਓ ਤੇ ਜੇ ਇਹੋ ਜਿਹੀਆਂ ਉਪਾਦੀਆਂ ਜਾਂ ਇਹੋ ਜਿਹੀ ਅਹੁਦੇ ਲੈਣੇ ਆ ਛੱਡ ਕੇ ਜਾਓ ਸਾਰਾ ਕੁਝ ਪਰ ਇਹ ਨਾ ਵੇਖ ਕਿ 4 ਦਿਨ ਉੱਥੇ ਲਾ ਲਿਆ ਫੇਰ ਆ ਕੇ ਛੋਲਾ ਫਿਰ ਚੱਕ ਲੋ ਇੱਕ ਚੀਜ਼ ਕਰੋ ਇੱਕ ਵੇਲੇ ਕਹਿ ਕੇ ਜਾਓ ਕਿ ਹਾਂ ਜਨਾਚ ਰਹਾ ਹਾਂ ਤਾਂ ਪੋਲਟਿਕਸ ਚ ਪਰ ਇਸ ਤਰ੍ਹਾਂ ਦੀਆਂ ਨਾਮਿਨੇਸ਼ਨਸ ਹੁੰਦੀਆਂ ਨੇ ਇਹਦੇ 'ਚ ਕੋਈ ਸ਼ੱਕ ਨਹੀਂ ਕੋਈ ਦੋਹਰੇ ਨਹੀਂ ਆ ਜੀ ਪਰ ਉਹ ਥੋੜਾ ਚਿਰ ਰੱਖਿਆ ਹੈ ਪਰ ਮੇਰਾ ਮੰਨਣਾ ਜੇ ਪੱਤਰਕਾਰਤ ਮੈਂ ਸਾਰਿਆਂ ਵਾਸਤੇ ਕਹਿ ਰਿਹਾ ਜੀ ਆਪ ਦੇਤੇ ਲਾਗੂ ਕਰ ਰਿਹਾ ਜੇ ਕੱਲ ਨੂੰ ਮੈਂ ਕਿੱਥੇ ਜਾਣਾ ਕਿਸੇ ਵੀ ਥਾਂ ਤੇ ਜਾਣਾ ਤਾਂ ਮੈਂ ਇਸ ਮੰਚ ਨੂੰ ਇਸ ਪੇਸ਼ੇ ਨੂੰ ਕਹਿ ਕੇ ਜਾਵਾਂਗਾ ਕਿ ਹਾਂ ਯਾਰ ਮੈਂ ਛੱਡਿਆ ਜੀ ਬਿਲਕੁਲ ਤੇ ਜੇ ਵਾਪਸ ਆਵਾਂਗੇ ਤਾਂ ਉੱਥੇ ਕਹਿ ਕੇ ਆਵਾਂਗੇ ਕਿ ਹਾਂ ਯਾਰ ਮੈਂ ਆਪਣੇ ਪੇਸ਼ੇ ਵਿੱਚ ਚੱਲੇ ਆ ਮੈਨੂੰ ਵੀ ਇਹ ਚੀਜ਼ ਬਿਲਕੁਲ ਬਿਲਕੁਲ ਜੀ ਜਗਤਾਰ ਜੀ ਅਸੀਂ ਸੀਐਮ ਬਨਾਮ ਸਾਬਕਾ ਸੀਐਮ ਤਾਂ ਉਹ ਪਹਿਲੀ ਗੱਲ ਕਰ ਚੁਲੇ ਆ ਕੱਲ ਗੱਲ ਕੀਤੀ ਸੀ ਬਾਕੀ ਕੋਈ ਗੱਲ ਨਹੀਂ ਕੋਲ ਕਬੱਡੀ ਉਹਨਾਂ ਦੀ ਚੱਲੀ ਜਾਣੀ ਹੈ 31 ਤੱਕ ਪ੍ਰਭਾਵ ਨਾ ਕਰੋ ਝੰਡੀ ਵੱਜੀ ਹੈ 31 ਤੱਕ ਜੀ ਜੀ ਬਿਲਕੁਲ ਬਿਲਕੁਲ ਮਾਰੀ ਜਾਣ ਦੇ ਪੱਟਾਂ ਤੇ ਥਾਪੀਆਂ ਬਿਲਕੁਲ 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 ਅਮਰਤਪਾਲ ਜੀ ਛੰਨੀ ਸਾਹਿਬ ਕਹਿੰਦੇ ਕੀ ਗੱਲ ਕਰਤੀ ਯਾਰ ਮੈਨੂੰ ਮਨੂੰ ਡਿਗਰੀ ਮਿਲੀ ਤੁਸੀਂ ਤੁਸੀਂ ਵਧਾਈ ਵੀ ਨਹੀਂ ਦਿੱਤੀ ਤੁਹਾਨੂੰ ਸੁਰੱਖਿਆ ਮਿਲੀ ਹੈ ਮੇਰੇ ਵੱਲੋਂ ਵਧਾਈ ਹੁਣ ਤੁਹਾਨੂੰ ਪੰਜਾਬ ਪੁਲਿਸ ਤੇ ਯਕੀਨ ਨਹੀਂ ਰਿਹਾ ਸੀਆਰਪੀ ਮਿਲ ਰਹੀ ਹੈ ਵਧਾਈ ਗੱਲ ਉਹ ਵੀ ਬੜੀ ਟਕਾ ਕੇ ਕਰਦੇ ਬੋਲੇ ਬੋਲੇ ਹਾਂ ਜੀ ਹਾਂ ਜੀ 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 ਬਿਲਕੁਲ ਬਿਲਕੁਲ ਜੀ ਹਾਂ ਜੀ ਤੇ ਇਧਰ ਮੈਂ ਕੁਝ ਹੋਰ ਪਾਣੀ ਦੇ ਮੁੱਦੇ ਤੇ ਅੱਗੇ ਜਾ ਕੇ ਗੱਲ ਕਰਦਾ ਜੀ ਰਾਜਸਥਾਨ ਵਾਲੇ ਮਸਲੇ ਤੇ ਕੋਈ ਗੱਲ ਨਹੀਂ ਕੁਲਦੀਪ ਜੀ ਫਲਵਾਂਇਨ ਤੋਂ ਦੇਖ ਰਹੇ ਆ ਕਿਨੇ ਕੇ ਨਾਲੇ ਸਬਜ਼ੀ ਬਣਾਈ ਜ ਨੇ ਸ਼ਾਮ ਤੱਕ ਸਾਢੇ 6 ਵਜੇ ਕੀ ਗੱਲ ਹੈ ਜੀ ਨਾਲ ਦੇ ਤੜਕੇ ਫੜਕੇ ਕਰੇ ਉਹ ਕਹਿੰਦਾ ਤੜਕਾ ਅੰਗ ਅੰਗ ਫੜਕਾ ਹਾਂਜੀ ਬਿਲਕੁਲ ਜਗਾ ਚੌਧਰੀ ਜੀ ਕਹੇ ਜੀ ਪਾਜੀ ਜਾਂਚ ਕਰਾਉਣ ਪਰ ਇਹ ਨਹੀਂ ਕਿ ਤੁਹਾਡੀ ਕਿਸੇ ਨਾਲ ਰੰਜਿਸ਼ ਆ ਉਸ ਕੰਮ ਕਰਕੇ ਨਹੀਂ ਬਿਲਕੁਲ ਸਹਿਮਤ ਹਾਂ ਬਾਦਲ ਕੈਪਟਨ ਜਾਂ ਮਜੀਠੀਆ ਹੋਰਾਂ ਦੀ ਵੀ ਹੋਣੀ ਚਾਹੀਦੀ ਹੈ ਜੀ ਕਹਿੰਦੇ ਕਿ ਉਧਰ ਮੂੰਹ ਨਹੀਂ ਕਰਦੇ ਜੀ ਕਹਿੰਦੇ ਕਿ ਤੇ ਅੱਗੇ ਮੈਂ ਇੱਕ ਤਾਂ ਕਮੈਂਟ ਲੈ ਲੈਣਾ ਰਜੀਵ ਜੀ ਕਰੇ ਇਹ ਪੰਜਾਬ ਦੇ ਵਿੱਚ ਉਹੀ ਖਬਰਾਂ ਲਾਉਂਦਾ ਜੀ ਜੀਤ ਜੋ ਹੋ ਰਿਹਾ ਜੀ ਕਿਨੇ ਨਹੀਂ ਇਸ ਵੇਲੇ ਤਾਂ ਰੋਲ ਉਹਨਾਂ ਦਾ ਵਧੀਆ ਹੈ ਇਸ ਵੇਲੇ ਤਾਂ ਰੋਲ ਪੀਟੀਸੀ ਦਾ ਵੀ ਵਧੀਆ ਹੈ ਇਸ ਵੇਲੇ ਤਾਂ ਉਹ ਵੀ ਰਗੜ ਵਾਲੇ ਕੱਢੀ ਆਉਂਦੇ ਆ ਜੀ ਉਹਨਾਂ ਦਾ ਵੀ ਵਧੀਆ ਰੋਲ ਆ ਦੇਖੋ ਇਸ ਇਸ ਤਰ੍ਹਾਂ ਦਾ ਹੀ ਰੋਲ ਰਹਿਣਾ ਚਾਹੀਦਾ ਹੈ ਨਾ ਲੋਕ ਇਹੀ ਰੋਲ ਚਾਹੁੰਦੇ ਨੇ ਮੀਡੀਆ ਤੋਂ ਜੀ ਕਿ ਤੁਸੀਂ ਭਾਈ ਇੱਕ ਐਸਾ ਰੋਲ ਅਦਾ ਕਰੋ ਕਿ ਲੋਕਾਂ ਦੀ ਗੱਲ ਕਰੋ ਜੀ ਹਾਂ ਇਹ ਨਹੀਂ ਹੈ ਕਿ ਸਰਕਾਰ ਦੇ ਖਿਲਾਫ ਮਿੱਥ ਕੇ ਏਜੰਡਾ ਚਲਾਉਣਾ ਉਹਨੂੰ ਵੀ ਗਲਤ ਕਹਾਾਂਗੇ ਆਪਾਂ ਜਿੱਥੇ ਮੰਨ ਲਓ ਸਰਕਾਰ ਦੀ ਨੀਤੀ ਗਲਤ ਹੈ ਨੀयत ਗਲਤ ਹੈ ਜਾਂ ਉਹਦੇ ਕੁਝ ਕੈਡਰ ਦੇ ਵਿੱਚ ਨੁਕਸ ਹੈ ਉਹਨਾਂ ਦੇ ਕੋਲੋਂ ਕੋਈ ਗਲਤੀਆਂ ਹੋ ਰਹੀਆਂ ਤਾਂ ਜ਼ਰੂਰ ਕੱਟਨੀ ਚਾਹੀਦੀ ਵੈਸੇ ਮੈਂ ਚੰਨੀ ਸਾਹਿਬ ਨਾਲ ਨਾ ਜੁੜੀ ਇੱਕ ਗੱਲ ਕਰ ਦੇਵਾਂ ਕਿ ਲੱਗਦਾ ਇਹੋ ਹੈ ਕਿ ਕਿਤੇ ਇਸ ਗੇਮ ਦੇ ਵਿੱਚ ਚੰਨੀ ਸਾਹਿਬ ਕੋਲ ਤੇ ਹੁਣ ਗਵਾਉਣ ਲਈ ਬਹੁਤਾ ਕੁਝ ਨਹੀਂ ਹੈ ਕਦੇ ਇਹ ਨਾ ਹੋਵੇ ਕਿ ਚੰਨੀ ਸਾਹਿਬ ਇਹਦੇ ਚੋਂ ਗੇਨ ਕਰ ਲੈਣ ਕਈ ਸਕੂ ਜਦੋਂ ਬਣਦੇ ਹੁੰਦੇ ਹਨ ਨਾ ਲੀਡਰਾਂ ਤੇ ਇਦਾਂ ਬਹੁਤ ਹੀ ਜ਼ਿਆਦਾ ਕਿਸੇ ਦੇ ਮਗਰ ਜਾਂ ਕਹਿ ਲਵੋ ਕਿ ਕਿਸੇ ਦੇ ਪਿੱਛੇ ਜ਼ਿਆਦਾ ਪੈ ਜਾਂਦੇ ਨੇ ਵੱਡੇ ਹੁਕਮਰਾਨ ਤਾਂ ਕਈ ਵਾਰ ਬੰਦੇ ਨੂੰ ਉਹ ਚੀਜ਼ ਨਾ ਰਾਜਨੀਤੀ ਚ ਰਾਸ ਆ ਜਾਂਦੀ ਹੁੰਦੀ ਹੈ ਹੋ ਸਕਦਾ ਹੈ ਚੰਨੀ ਸਾਹਿਬ ਚੜਤ ਖੱਟ ਲੈਣ ਇਹ ਤਾਂ ਹੁਣ ਸਮਾਂ ਦੱਸੇਗਾ ਕਾਂਗਰਸ ਦੇ ਵਿੱਚ ਇੱਕ ਇੱਕੋ ਹੀ ਬੰਦਾ ਇਸ ਵੇਲੇ ਨਿਸ਼ਾਨੇ ਤੇ ਆ ਜੀ ਬਿਲਕੁਲ ਬਿਲਕੁਲ ਜੀ ਤੇ ਮੈਂ ਚੇਤਨ ਮਾਨ ਕਹਿੰਦੇ ਜੀ ਮੈਰਲੈਂਡ ਤੋਂ ਦੇਖ ਰਿਹਾ ਮੈਨੂੰ ਲੱਗਦਾ ਏਅਰਲੈਂਡ ਤੋਂ ਆਪਣੇ ਨਾਲ ਖੈਰ ਪਹਿਲੀ ਵਾਰੀ ਕੋਈ ਜੁੜਿਆ ਹੋਣਾ ਹਾਂ ਜੀ ਉਦੋਂ ਸ਼ਾਇਦ ਨਦਰਨ ਆਇਲੈਂਡ ਤੋਂ ਜੁੜੇ ਸਨ ਕੋਈ ਹਾਂ ਉਹਨਾਂ ਨੇ ਕਿਹਾ ਸੀਗਾ ਹਾਂ ਬਿਲਕੁਲ ਬਿਲਕੁਲ ਜੀ ਆਇਰਲੈਂਡ ਦੀ ਤਾਂ ਹੁਣ ਬਈ ਬੱਲੇ ਬੱਲੇ ਪੂਰੀ ਹਾਂਜੀ ਹਾਂਜੀ ਬਿਲਕੁਲ ਬਿਲਕੁਲ